ਓਏ ਤੋੜਾ ਨਹੀਂ ਹੈਗੀ, ਮੈਂ ਤੇ ਕਹਿੰਦਾ ਉੱਥੇ। ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ। ਅਤੇ ਮਿੱਠਾ ਅਸੀਂ ਕਿਉਂ ਖਾਂਦੇ ਹਾਂ, ਮੈਂ ਚੱਲਣਾ ਪੇਪਰ ਦੇਣ ਲਾਇਸੈਂਸ ਵਾਲਾ। ਆਇਓ ਵੀਰ ਜੀ, ਨਾਲ ਆਪਾਂ ਚੜ੍ਹਿਆ ਬਾਮਨ ਨੂੰ ਲੈ ਕੇ। ਵਿਜੇ ਭਵਨ ਪੇਪਰ ਦੇਣ ਚੱਲੇ ਹਾਂ ਲਾਇਸੈਂਸ ਵਾਲਾ। ਅਤੇ ਮੈਂ ਕਿਹਾ ਬਣਾ ਲਈਏ ਲਾਇਸੈਂਸ ਬਿਨਾਂ ਪੜ੍ਹੀ, ਤੁੱਕੇ ਤੱਕ ਹੀ ਆ ਚਲਾ ਲਾਂਗੇ। ਨਹੀਂ ਯਾਰ ਥੋੜ੍ਹਾ ਬਹੁਤ ਪੜ੍ਹਿਆ ਵਾ, ਬਾਕੀ ਵੇਖੋ। ਅਤੇ ਸਵਾਗਤ ਕਰਤਾ ਪਹਿਲਾਂ ਮੰਮੀ ਨੇ ਵੇਖਣਾ ਭਲਾ। ਨਹੀਂ ਉਹ ਮੈਟ ਗੈਪ ਕਰਤਾ ਹੀ ਇੱਥੋਂ ਉਹਨਾਂ ਨੇ, ਸਟਾਰਟਿੰਗ ਮੈਂ ਚੱਲ ਕਰ ਦਿੰਦਾ ਇੱਕ ਵਾਰ। ਸਵਾਗਤ ਤੁਹਾਡਾ ਇੱਕ ਹੋਰ ਨਵੇਂ ਵਲੌਗ 'ਚ ਆਪਣੇ ਪਿਆਰੇ ਚੈਨਲ ਜਸ਼ਨ ਵਲੌਗਸ 'ਤੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅਤੇ ਚਲੋ ਚੱਲੀਏ ਲੈ ਲੈ ਡਾਕੂਮੈਂਟ ਵਗੈਰਾ ਆਪਾਂ ਸਾਰੇ। ਬਾਹਰ ਦਾ ਮੌਸਮ ਕਹਿੰਦੇ ਬਹੁਤ ਹੀ ਘੈਂਟ ਹੋਇਆ ਪਿਆ, ਪਰ ਠੰਡ ਵੀ ਜੇ। ਅਤੇ ਯਾਰ ਕੱਲ੍ਹ ਜਿਹੜਾ ਵਲੌਗ ਪਾਇਆ ਸੀ ਮੈਂ ਜੋਬ ਵਾਲਾ, ਉਹ ਸੱਚੀ ਬੜੀ ਲੋੜ ਜੀ ਸਾਨੂੰ। ਤਾਂ ਜ਼ਰੂਰ ਮੇਰਾ ਭਰਾ ਦੱਸਿਓ ਬਈ, ਸਾਡਾ ਕੁਛ ਨਹੀਂ ਜੇ ਪਤਾ ਲੱਗਣ ਦਾ ਕਿਵੇਂ ਜਾਈਏ ਹੁਣ। ਪਹਿਲਾਂ ਅਸੀਂ ਡਰੋਪ ਕਰਨ ਦੇ ਡਰੋਪ ਆ ਗਏ ਅਤੇ ਹੁਣ ਸਾਨੂੰ ਸਮਝ ਨਹੀਂ ਲੱਗਣ ਦੀ ਜਾਣਾ ਕਹਿਣ ਨੂੰ। ਉਹ ਵੀ ਮੇਰੇ ਵੀਰੋ ਭਰਾ ਤੁਹਾਡਾ ਤਾਂ ਆ ਗਿਆ ਟੈਸਟ ਦੇ ਕੇ, ਅਤੇ ਟੈਸਟ ਕੀ ਦੱਸੀਏ ਯਾਰ, ਪਾਸ ਹੋ ਗਏ ਆ ਪਾਸ। ਮੇਰਾ ਚੈੱਕ ਹੱਥ 'ਚ ਦੇ ਤਾ ਉਹਨਾਂ ਨੇ ਡਰਾਈਵਿੰਗ ਲਾਇਸੈਂਸ, ਪਾਸ ਹੋ ਗਏ। ਕੱਲ੍ਹ ਨੂੰ ਬਾਮਣ ਵੀ ਦਊਗਾ, ਇੱਦਾਂ ਬਾਮਣ ਨੇ ਵੀ ਕਰ ਜਾਣਾ ਕਲੀਅਰ। ਬਾਮਣ ਦੀ ਕਿਹੜੀ ਗੱਲ ਆ, ਬਸ ਮੈਂ ਤਾਂ ਬਾਮਣ ਹੀ ਰਹਿ ਗਏ ਪੇਪਰ ਦੇਣ ਵਾਲੇ, ਬਾਕੀ ਸਾਰੇ ਸਾਡੇ ਬੰਦੇ ਹੋ ਗਏ ਕਲੀਅਰ। ਅਤੇ ਮੈਂ ਫਿਰ ਪਾਠ 'ਚ ਪਾਈ ਹੋਏ ਧਿਆਨ ਨਾਲ ਹੋਏ ਰੂਹਾ, ਬੜੀ ਮਿਹਨਤ ਲੱਗੀ ਹੈ। ਅਤੇ ਕੱਲ੍ਹ ਨੂੰ 36 ਇੱਕ ਤਾਰੇ ਆ ਅਤੇ 23 17 ਇੱਕ ਤਾਰੇ ਜੇ ਇਹਦੇ ਚੱਕਰ 'ਚ। ਅਤੇ ਹੁਣ ਜੇ ਕਲਾਸ 5 ਹੋਰ ਆ, ਉਹ ਮੇਰਾ ਉਹਨਾਂ ਨੇ ਇੰਡੀਅਨ ਵਾਲਾ ਤੇ ਰੱਖ ਲਿਆ, ਇੰਡੀਅਨ ਵਾਲਾ ਵੀ ਗੁਰੂਆ ਕਿੱਥੇ ਜਾ ਕੇ ਬਣਵਾਇਆ ਸੀ ਧੱਕੇ ਖਾ ਖਾ ਕੇ। ਧੱਕੇ ਤੇ ਚੱਲ ਕੀ ਖਾਧੇ ਸੀ, ਗੱਲਾਂ ਹੀ ਆ। ਅਤੇ ਚੱਲੀਏ ਹੁਣ ਘਰ ਨੂੰ ਅਤੇ ਖਾਈਏ ਯਾਰ, ਭੁੱਖ ਬਹੁਤ ਲੱਗੀ, ਕੁਛ ਨਾ ਕੁਛ ਖਾਈਏ ਜਾ ਕੇ। ਘਰ ਪਾਸ ਹੋ ਗਏ ਆ, ਘਰ ਜਾ ਕੇ ਫਿਰ ਮਿਲਦੇ ਹਾਂ ਕਿਉਂਕਿ ਠੰਡ ਬਹੁਤ ਜੇ। ਚਲੋ ਗਾਈਸ, ਉਹ ਵੀ ਮੇਰੇ ਵੀਰੋ ਘਰ ਆ ਗਏ ਹੋਏ ਸੀ ਅਤੇ ਪੇਪਰ ਯਾਰ ਹੋਣਾ ਨੇ, ਮੈਂ ਤੁਹਾਨੂੰ ਸੱਚ ਦੱਸਦਾ ਪੇਪਰ ਯਾਰ ਜਿਹੜਾ ਨੌਲੇਜ ਟੈਸਟ ਹੈ ਨਾ ਬਹੁਤ ਹੀ ਜ਼ਿਆਦਾ ਈਜ਼ੀ ਜੇ। ਮੈਂ ਜਾਂਦੇ ਜਾਂਦੇ ਪੜ੍ਹਿਆ ਜੇ, ਬਸ ਰਸਤੇ 'ਚ 5 ਮਿੰਟ ਦਾ ਸਾਡੀ ਵੋਕ ਆ, 5 ਮਿੰਟ 'ਚ ਮੈਂ ਪੜ੍ਹਿਆ ਅਤੇ ਉੱਥੇ ਜਾ ਕੇ ਆਪਣਾ ਪੇਪਰ ਕਲੀਅਰ ਹੋ ਗਿਆ। ਅਤੇ ਇੰਨਾ ਕੁ ਚਲੋ ਵਧੀਆ ਹੋ ਗਿਆ, ਮਤਲਬ 3 ਗਲਤ ਹੋਏ ਬਸ, ਬਾਕੀ ਸਾਰੇ ਸਹੀ। ਅਤੇ ਆ ਜਾਓ ਚੱਲੀਏ ਫਿਰ, ਹੁਣ ਆਪਾਂ ਚੱਲੇ। ਵੀਰ ਦਾ ਲਾਇਸੈਂਸ ਆਇਆ ਸੀ ਇੱਕ ਦਾ, ਉਹਨੂੰ ਪੋਸਟ ਕਰਨ, ਜਿਹੜੇ ਵੀਰ ਨੂੰ ਆਪਾਂ ਛੱਡ ਕੇ ਨਹੀਂ ਆਏ ਪਲੈਮਡਰ, ਉਹ ਵੀਰ ਕੋਲ ਚੱਲੇ ਹੁਣ। ਵੀਰ ਕੋਲ ਨਹੀਂ ਚੱਲੇ, ਮਤਲਬ ਵੀਰ ਦਾ ਲਾਇਸੈਂਸ ਪੋਸਟ ਕਰਨ ਚੱਲੇ ਕੈਨੇਡਾ ਪੋਸਟ ਦੇ ਥਰੂ। ਟਨ ਟਨ ਕਲਾਸ 5 ਆਇਓ। ਹਾਂਜੀ ਲਓ ਵੀ ਮੇਰੇ ਵੀਰੋ, ਅੱਜ ਕਹਿੰਦੇ ਦਾਵਤ ਚੈੱਕ ਹੋਣ ਦਿਆ, ਚੈੱਕ ਤਾਂ ਬੜੇ ਦਿਨਾਂ ਤੋਂ ਹੋ ਗਿਆ ਸੀ, ਵਲੌਗ ਹੀ ਅੱਜ ਪੈਣ ਦਿਆ। ਲਾਲੀ ਵੀਰ ਵੱਲੋਂ ਪਾਰਟੀ, ਇਹ ਕੀ ਹੋ ਗਿਆ, ਕਮੈਂਟਾਂ 'ਚ ਲਾਲੀ ਵੱਲੋਂ ਪਾਰਟੀ ਪਾਰਟੀ ਕਰ ਦਿਓ। ਇਹ ਆਪਣਾ ਹੈਗਾ ਯਾਰ ਇੰਡੀਅਨ ਰੈਸਟੋਰੈਂਟ, ਇੱਥੇ ਇਹ ਹੈਗਾ ਆਪਣਾ ਇੰਡੀਅਨ ਰੈਸਟੋਰੈਂਟ। ਆਹ ਯਾਰ ਰਸ ਮਲਾਈ ਰਹੀ ਹੈ ਨਾਲ ਗੁਲਾਬ ਜਾਮਣ, ਹੀ ਵਲੌਗ ਮੈਂ ਖਾਣ ਪੀਣ ਤੋਂ ਵਾਧਾ ਬਣਾਉਂਦਾ, ਕੀ ਦੱਸਾਂ ਤੁਹਾਨੂੰ, ਕਾਹਲੀ ਬੜੀ ਸੀ, ਭੁੱਖ ਬਹੁਤ ਜ਼ਿਆਦਾ। ਭਰਾਵਾ ਪਤਾ ਕੋਈ ਨਹੀਂ ਹੈ ਜਿਹਨੂੰ ਲੱਗਦਾ ਯਾਰ ਭਰਾਵਾ, ਪਹਿਲੀ ਵਾਰੀ ਬੈਠੇ ਸੀ ਆ ਗਏ ਇੱਥੇ, ਕਦੀ ਵੇਖੇ ਨਹੀਂ ਤੇ ਰੈਸਟੋਰੈਂਟ, ਅੱਜ ਹੀ ਵੇਖੇ ਯਾਰ, ਇੱਦਾਂ ਦੇ ਹੁੰਦੇ ਰੈਸਟੋਰੈਂਟ ਯਾਰ, ਇੱਦਾਂ ਦੇ ਇੱਦਾਂ ਦੇ ਚਮਚ ਹੁੰਦੇ ਰੈਸਟੋਰੈਂਟ ਦੇ। ਉਹ ਵੀ ਮੇਰੇ ਵੀਰੋ ਆ ਗਏ ਆ ਘਰ ਨੂੰ, ਅੱਜ ਵੀ ਵਲੌਗ ਕੁਛ ਖਾਸ ਬਣ ਨਹੀਂ ਪਾਇਆ ਮੇਰੇ ਤੋਂ,
ਤੇ ਮੈਂ ਯਾਰ ਇੱਕ ਨਾ ਵਲੌਗ ਬਣਾਇਆ ਸੀ ਇੰਡੀਆ, ਜਦੋਂ ਮੈਂ ਆਉਣਾ ਸੀ ਉਦੋਂ ਪਾਠ ਵਗੈਰਾ ਸੁਖਮਨੀ ਸਾਹਿਬ ਜੀ ਆਪਾਂ ਕਰਾਏ ਸੀ ਘਰੇ, ਅਤੇ ਉਹ ਯਾਰ ਮੈਨੂੰ ਲੱਭਾ ਨਹੀਂ ਵਲੌਗ ਨਹੀਂ, ਅਤੇ ਉਹ ਮੈਂ ਪਾਉਣਾ ਚਾਹੁੰਦਾ ਸੀ, ਅਤੇ ਉਹ ਵਲੌਗ ਮਤਲਬ ਵਧੀਆ ਬਣਾਇਆ ਸੀ, ਉੱਦਣ ਆਉਂਦੇ ਆਉਂਦੇ ਮੈਂ ਬਣਾਉਣ ਲੱਗਾ ਸੀ ਅਤੇ ਵਧੀਆ ਬਣਿਆ ਸੀ, ਅਤੇ ਹੁਣ ਯਾਰ ਅੱਜ ਤਾਂ ਵਲੌਗ ਕੁਛ ਨਹੀਂ ਬਣਿਆ, ਮੈਂ ਟਰਾਈ ਕਰੂੰਗਾ ਜੇ ਤਾਂ ਮੈਨੂੰ ਉਹ ਵਾਲਾ ਲੱਭ ਗਿਆ ਮੈਂ ਅਪਲੋਡ ਕਰ ਦੂੰਗਾ। ਫਿਲਹਾਲ ਤਾਂ ਆਪਾਂ ਚੱਲੀਏ ਘਰ, ਅਤੇ ਅਪਾਰਟਮੈਂਟ ਯਾਰ ਸਾਨੂੰ ਪੈਣਾ ਜੇ ਛੱਡਣਾ ਹੋਣਾ, ਮਜਬੂਰੀ ਹੋ ਗਈ ਆ ਛੱਡਣਾ ਹੀ ਪੈਣਾ ਸਾਨੂੰ ਇਹ, ਹੁਣ ਗੱਦੇ ਗੁੱਦੇ ਸਾਡੇ ਅਸੀਂ ਨਹੀਂ ਪਾਉਣ ਲੱਗੇ ਮਾਰਕੀਟ ਪਲੇਸ 'ਤੇ, ਐਵੇਂ ਨਾ ਸੋਚੀ ਜਾਵੇ ਕਿ ਦੇ ਜਾਓ ਵੀਰ ਜੀ, ਆਪਾਂ ਨਹੀਂ ਗੱਦੇ ਗੁੱਦੇ ਹੈ ਦੇਣੇ ਇਹਦੇ, ਆਪਾਂ ਚੱਲੀਏ ਘਰ ਹੁਣ ਕਿਸੇ, ਅਤੇ ਚੱਲੀਏ ਹੁਣ ਘਰ ਨੂੰ, ਅਤੇ ਗੇਟ ਖੁਲਵਾਈਏ ਵੀਰਾਂ ਤੋਂ, ਅਤੇ ਰੋਟੀ ਪਾਣੀ ਤਾਂ ਅਸੀਂ ਛਕ ਆਏ ਹਾਂ ਜਿੱਦਾਂ ਕਿ ਤੁਸੀਂ ਦੇਖ ਹੀ ਲਿੱਤਾ ਹੋਣਾ, ਅਤੇ ਹੋਰ ਮਾਮਨ ਜੀ ਆਹੋ ਘਰ ਬਹੁਤੇ ਛੱਡਣੇ ਪੈਂਦੇ ਸਾਨੂੰ, ਚੱਕਰ ਕੀ ਆ ਘਰ ਹੀ ਘਰ ਛੱਡੀ ਜਾਂਦੇ, ਪੰਜਾਬ ਤੋਂ ਜੋ ਘਰ ਛੱਡਿਆ ਉੱਥੋਂ ਅਟੈਚੀ ਚੁੱਕਦੇ ਹੁੰਦੇ ਯਾ ਬੇਬੀ ਗੋ। ਚਲੋ ਯਾਰ ਘਰ ਨੂੰ ਚੱਲੀਏ ਹੁਣ, ਲਓ ਵੀ ਮੇਰੇ ਵੀਰੋ ਇੱਧਰ ਆਉਂਦੀ ਪੈਕਿੰਗ ਚੈੱਕ ਕਰੋ ਬ੍ਰਾਂਡ ਕਿਹੜਾ ਬ੍ਰਾਂਡ ਚਾਹੀਦਾ, ਬੰਦਾ ਅੱਡਾ ਵੇਖੋ ਕਸ਼ੇ ਕਿਨੇ ਲੈ ਗਿਆ ਜੀ, ਬ੍ਰਾਂਡ ਹੀ ਬ੍ਰਾਂਡ ਇਕੱਠੇ ਹੀ ਕੀਤੇ ਹੋਏ ਸਾਰਿਆਂ ਨਾਲ, ਆਪਾਂ ਨੂੰ ਹੀ ਰੱਖੀਦਾ ਹੁੰਦਾ। ਲਓ ਵੀ ਮੇਰੇ ਵੀਰੋ ਸੌਂ ਜਾਓ ਚੁੱਪ ਕਰਕੇ, ਨਹੀਂ ਯਾਰ ਟਾਈਮ ਵੇਖੋ ਟਾਈਮ ਹੋ ਗਿਆ 12:45 ਬੰਦੇ ਸਾਡੇ ਯਾਰ ਕੀ ਦੱਸੀਏ ਤੁਹਾਨੂੰ, ਸਟ੍ਰੈਸ ਹੀ ਲਈ ਜਾਂਦੇ ਆ, ਟੈਨਸ਼ਨਾਂ ਲਈ ਜਾਂਦੇ ਆ, ਮੈਂ ਕਿਹਾ ਟੈਨਸ਼ਨ ਲੈ ਕੇ ਨਹੀਂ ਕੁਛ ਹੋਣਾ, ਇੱਥੇ ਹੁਣ ਜੇ ਆਏ ਜੇ ਟਾਈਮ ਲੱਗਦਾ ਹਰ ਇੱਕ ਚੀਜ਼ ਨੂੰ, ਟਾਈਮ ਟਾਈਮ ਦੀ ਗੱਲ ਹੁੰਦੀ ਆ, ਅੱਜ ਚਲੋ ਕਿਸੇ ਦਾ ਕੱਲ੍ਹ ਨੂੰ ਆਪਣਾ ਵੀ ਆਊਗਾ, ਸਹੀ ਗੱਲ ਆ ਜਿਹੜੀ। ਅਤੇ ਆਪਾਂ ਜਿੱਦਾਂ ਕੱਲ੍ਹ ਵਲੌਗ ਪਾਇਆ ਸੀ, ਮੈਂ ਹਜੇ ਤੱਕ ਵੀਰ ਦਾ ਕਿਸੇ ਦਾ ਰਿਪਲਾਈ ਨਹੀਂ ਆਇਆ, ਜੇ ਤਾਂ ਕੁਛ ਹੋ ਸਕਦਾ ਵਾ ਕਿਤੇ ਵੀ ਅਲਬਰਟਾ ਦੇ ਵਿੱਚ ਕਿਤੇ ਵੀ ਜੇ ਕਿਤੇ ਹੱਲ ਕਰਾ ਸਕਦੇ ਜੇ ਕੋਈ ਮਸਲਾ, ਅਤੇ ਦੂਜੀ ਗੱਲ ਕੈਲਗਰੀ 'ਚ ਜੇ ਅਪਾਰਟਮੈਂਟ ਦਵਾ ਸਕਦੇ ਜੇ ਕੋਈ ਵੀਰ ਆਪਣਾ ਨੌਰਥ ਈਸਟ ਵਾਲੇ ਪਾਸੇ, ਹਾਂ ਨੌਰਥ ਈਸਟ ਵਾਲੇ ਪਾਸੇ ਜੇ ਮੇਰਾ ਵੀਰ ਕੋਈ ਅਪਾਰਟਮੈਂਟ ਦਵਾ ਸਕਦਾ ਤਾਂ ਵੀ ਦੱਸੋ, ਬਹੁਤ ਬਹੁਤ ਮਿਹਰਬਾਨੀ ਹੋਊਗੀ ਵੀਰਾਂ ਦੀ। ਅਤੇ ਅਸੀਂ ਵੀ ਵੈਸੇ ਲੱਭਣ ਦੇ, ਸਾਨੂੰ ਲੱਭਣ ਨਹੀਂ ਦਿਆ, ਅਸੀਂ ਫੋਨ ਫਾਨ ਲਾਏ ਆ, ਅਤੇ ਮਾਰਕੀਟ ਪਲੇਸ ਵਾਲੇ ਜਿਹੜੇ ਵੇਚਦੇ ਉਹ ਸਾਨੂੰ ਥੋੜ੍ਹੇ ਮਹਿੰਗੇ ਲੱਗਣਦੇ ਆ, ਅਤੇ ਇੱਕ ਵਾਰ ਜੇ ਮੇਰਾ ਵੀਰ ਕੋਈ ਕਰਾ ਸਕਦਾ ਹੱਲ, ਕੋਈ ਕੰਮ ਦਾ ਹੱਲ ਕਰਾ ਸਕਦਾ ਵਾ ਜਾਂ ਅਪਾਰਟਮੈਂਟ ਦਾ ਕੋਈ ਹੱਲ ਕਰਾ ਸਕਦਾ ਤਾਂ ਸਾਨੂੰ ਜ਼ਰੂਰ ਦੱਸਿਓ, ਬਹੁਤ ਜ਼ਿਆਦਾ ਲੋੜ ਜੇ। ਨਹੀਂ ਹਜੇ ਨਹੀਂ, ਹਜੇ ਨਹੀਂ ਕਰਨੀ ਐਂਡਿੰਗ, ਐਂਡਿੰਗ ਕਰਾਂਗੇ ਬਾਜੋ ਗੱਲਾਂ ਬਾਤਾਂ ਕਰ ਲਈਏ। ਵੀਰ ਆਇਆ ਸੀ ਅੱਜ ਇੱਕ ਮਿਲਣ, ਅਤੇ ਮੈਂ ਬਾਹਰ ਗੱਲ ਕਰਨ ਦਾ ਸੀ ਘਰਦਿਆਂ ਨਾਲ, ਅਤੇ ਵੀਰ ਆਇਆ ਅਤੇ ਵੀਰ ਕਹਿੰਦਾ ਜਾਣਿਆ ਪਹਿਚਾਣਿਆ ਮਤਲਬ ਕਿ ਵੇਖਿਆ ਤੁਹਾਨੂੰ ਵੀਰ ਕਿਤੇ, ਅਤੇ ਕਹਿੰਦੇ ਵਲੌਗ ਬਣਾਉਂਦੇ ਜੇ, ਅਤੇ ਮੈਂ ਕਿਹਾ ਹਾਂਜੀ ਵੀਰ, ਬੜਾ ਚੰਗਾ ਵੀਰ ਸੀ, ਫਿਰ ਆਪਾਂ ਘਰ ਘੁਰ ਆਏ, ਵਾਹਵਾ ਗੱਲਾਂ ਬਾਤਾਂ ਕੀਤੀਆਂ, ਕੌਫੀ ਕੂਫੀ ਪੀਤੀ ਇਕੱਠੇ, ਵਧੀਆ ਸੀ ਬੰਦਾ। ਅਤੇ ਹੁਣ ਯਾਰ ਸਾਨੂੰ ਸਲਾਹ ਦਿਓ, ਬੰਦੇ ਸਾਡੇ ਕਈ ਸੋਚਣ ਦੇ ਆ ਕਿ ਕਾਲਜ ਚੇਂਜ ਕਰਾ ਲਈਏ, ਮੈਂ ਵੀ ਸੋਚਣ ਦਾ ਕਿ ਕਰਾ ਲਈਏ ਕਾਲਜ ਚੇਂਜ, ਪਰ ਮੈਂ ਤੁਹਾਨੂੰ ਗੱਲ ਦੱਸਦਾ ਦੋ ਆਪਸ਼ਨ ਆ ਮੇਰੇ ਤੋਂ, ਇੱਕ ਆਪਸ਼ਨ ਇਹ ਆ ਇੱਥੇ ਹੈਗੀ ਮੇਰੇ ਤੋਂ PR, ਮੈਨੂੰ PR ਮਿਲ ਜੂਗੀ, ਜੇ ਮੈਂ ਪੈਸੇ ਨੂੰ ਵੇਖਾਂ ਤਾਂ ਪੈਸਾ ਮੈਨੂੰ ਹੋਰ ਕਿਤੇ ਮਿਲਣਾ, ਇੱਥੇ ਨਹੀਂ ਮਿਲਣਾ। ਤੁਹਾਨੂੰ ਮੈਨੂੰ ਇੱਕ ਵਾਰ ਦੱਸਿਓ ਸਲਾਹ ਨਾ ਕਿ ਆਪਾਂ ਕੀ ਚੀਜ਼ ਵੇਖੀਏ, ਪੈਸਾ ਵੇਖੀਏ ਜਾਂ PR ਵੇਖੀਏ, ਦੋਵਾਂ 'ਚੋਂ ਕੋਈ ਇੱਕ ਚੀਜ਼ ਲੈ ਸਕਦੇ ਹਾਂ, ਉਹ ਚਲੋ ਦੱਸ ਦਿਓ ਜਿਵੇਂ ਤੁਹਾਨੂੰ ਲੱਗੇ। ਸਾਨੂੰ ਤਾਂ ਲੱਗਦਾ ਕਿ PR ਜ਼ਿਆਦਾ ਪ੍ਰੈਫਰੈਂਸ PR ਮਿਲਿਆ ਵਧੀਆ ਵਾ, ਅਤੇ ਬਾਕੀ ਵੇਖੋ। ਅਤੇ ਹੁਣ ਯਾਰ ਪਾਉਣਾ ਇੱਕ ਹੋ ਗਿਆ, ਜਿੱਦਾਂ ਬੰਬ ਦੀ ਗੱਲ ਹੁਣੋ, ਅਤੇ ਆਪਾਂ ਕਰੀਏ ਵਲੌਗ ਦੀ ਐਂਡਿੰਗ, ਟਾਈਮ ਦੇਖ ਲਓ 12:47 ਹੋ ਗਏ ਆ, ਅਤੇ ਹੁਣ ਮੈਂ ਕਰਨ ਚੱਲਾਂ ਵਲੌਗ ਦੀ ਐਂਡਿੰਗ। ਅਤੇ ਆਹ ਵੀਰ ਤਾਂ ਕਿੱਥੇ ਗਿਆ ਵੀਰ, ਉਹ ਰੋਬਿਨ ਵੀਰ, ਅੱਛਾ ਇੱਥੇ ਹੀ ਆ, ਵੀਰ ਤਾਂ ਕਰਾ ਦੇ ਲੱਗਾ ਰਿਫੰਡ ਰਾਤੋਂ ਰਾਤ ਫੋਨ 'ਤੇ, ਅਤੇ ਦੋਵੇਂ ਲੱਗੇ ਆ ਗੱਲਾਂ ਬਾਤਾਂ ਕਰਨ।
ਤੇ ਆਪਾਂ ਵੀ ਕਰੀਏ ਵਲੌਗ ਦੀ ਐਂਡਿੰਗ। ਜਿਹਨੂੰ ਜਿਹਨੂੰ ਵਲੌਗ ਵਧੀਆ ਲੱਗਾ ਹੋਵੇ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਦਿਓ, ਕਿਉਂਕਿ ਬਹੁਤ ਜ਼ਿਆਦਾ ਲੋੜ ਆ ਲਾਈਕਸ ਦੀ, ਕਮੈਂਟਸ ਦੀ ਅਤੇ ਸਬਸਕ੍ਰਾਈਬ ਦੀ ਤਾਂ ਬਹੁਤ ਜ਼ਿਆਦਾ ਆ, ਕਿਉਂਕਿ 1000 ਸਬਸਕ੍ਰਾਈਬਰਸ ਹੋਣ ਵਾਲੇ ਆ। ਤਾਂ ਜਲਦੀ ਜਲਦੀ ਕਰਾ ਦਿਓ ਅਤੇ ਮਿਲਦੇ ਹਾਂ ਹੁਣ ਤੁਹਾਨੂੰ ਅਗਲੇ ਵਲੌਗ 'ਚ। ਉਨੀ ਚਿਰ ਤੱਕ ਟੇਕ ਕੇਅਰ, ਬੀ ਹੈਲਦੀ, ਬੀ ਸੇਫ, ਬਾਏ ਗਾਈਸ।